बच्चा बाहर खेलन जावे ना, माता सिखिया दिंदी बेटा वेखी किते सट ना लवा लेनी, तेरे किते कपड़े ना गंदे हो जाना, किसे ना लड़के नहीं होना, ते जल्दी वापस आ जाना। ते जे खेड़दा खेड़दा बच्चा वधेरे खेड़ विच रोजे, फिर दादी दौड़दी, मां दौड़दी, पिता दौड़दा भी मेरा नौ ने हाल क्यों नहीं है, पर तन माता गुजरी पता भी जिथे जा रहे ना वापस नहीं आ जाऊंगा। तोरी सूबे दी कचहरी नूं ते मोढ़ियां ते हाथ रख के अपना सिर नीना सतगुरु माता दी करके ना ते कन्ना दे कोल सिख्या दे रहे बेटियो। सूबा सरहंद ने तुहानूं अज बड़ा डराउणा, अज तुहाडा आखरी परचा है, मैं तुहानूं आखरी सिख्या दिंदी आ भी जिन्ना चिर तक तुहाडे शरीर दे अंदर ਇਹ ਸਵਾਸਾਂ ਦੀ ਲੜੀ ਚੱਲਦੀ ਆ ਨਾ, ਵੇਖਿਓ ਕਿਤੇ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਦਾਗ ਨਾ ਲਾ ਦਿਓ। ਸਹਿਬਜ਼ਾਦਿਆਂ ਨੇ ਆਖਿਆ ਮਾਤਾ ਜੀ ਇਹ ਧੌਣਾ ਟੁੱਟ ਤੇ ਜਾਣਗੀਆਂ, ਪਰ ਦੁਸ਼ਮਣ ਦੇ ਗਾੜੀ ਇਹ ਕਦੇ ਚੁਕਣਗੀਆਂ ਨਹੀਂ। ਜ਼ਮਾਨਾ ਇਕਰਾਂ ਵੇਖੇਗਾ ਤੇਰੇ ਪੋਤਰੇ ਸਿੱਖੀ ਦੇ ਅੰਦਰ ਪੂਰੇ ਦੇ ਪੂਰੇ ਨੰਬਰ ਲੈ ਕੇ ਪਾਸ ਹੋਣਗੇ। ਸਹਿਬਜ਼ਾਦੇ ਨੰਗੀਆਂ ਤਲਵਾਰਾਂ ਦੀ ਛਾਂ ਹੇਠਾਂ ਜਾ ਰਹੇ ਸੂਬਾ ਸਰਹੰਦ ਦੀ ਕਚਹਿਰੀ ਵੱਲ ਨੂੰ, ਪੁਲਸੀਆਂ ਵਾਲੇ ਦਾ ਪੇਜ ਪੁਲਸੀਏ ਖੇਡ ਰਹੇ ਹੋ ਸਹਿਬਜ਼ਾਦਿਓ, ਜੇ ਸਲਾਮ ਬੁਲਾ ਦਿਓ ਤੇ ਬਜੋਗੇ ਨਹੀਂ ਤੇ ਤੁਹਾਨੂੰ ਅੱਜ ਬੜੀ ਕਰੜੀ ਸਜ਼ਾ ਮਿਲਣੀ ਜੀ। ਆਂਦੇ ਵੱਡਾ ਦਰਵਾਜ਼ਾ ਬੰਦ ਕੀਤਾ ਗਿਆ, ਛੋਟੀ ਬਾਰੀ ਖੁੱਲੀ ਰੱਖੀ ਗਈ ਵੀ ਸਹਿਬਜ਼ਾਦੇ ਆਉਣਗੇ, ਪਹਿਲਾਂ ਬਾਰੀ ਥਾਣੀ ਸਿਰ ਕੱਢਣਗੇ, ਜਦੋਂ ਇਹ ਸਿਰ ਨਾਲ ਨੀਵਾ ਹੋ ਜਾਗਾ ਇਹ ਅਸੀਂ ਰੌਲਾ ਪਾ ਦੇਵਾਂਗੇ ਵੀ ਇਹ ਸਹਿਬਜ਼ਾਦਿਆਂ ਨੇ ਸਿਰ ਝੁਕਾਤਾ ਈਨ ਮੰਨ ਲਈ। ਪਰ ਉਹ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਸਨ, ਉਹਨਾਂ ਪਹਿਲਾਂ ਪੈਰ ਕੱਢਿਆ, ਪਹਿਲਾਂ ਜੁੱਤੀ ਜਲ ਨੂੰ ਖਾਈ ਆ ਤੇ ਫਿਰ ਔਖੇ ਹੋ ਕੇ ਧੌਣਾ ਲਗਾਈਆਂ ਤੇ ਅੱਗੇ ਨਾਲ ਵੀ ਬੜਾ ਆਵਾਜ਼ ਵਿੱਚ ਜਕਾਰਾ ਲਾਤਾ। ਸੂਬਾ ਸਰਹੰਦ ਸੜ ਬਣ ਕੇ ਕੋਲਾ ਹੋ ਗਿਆ, ਉਹਨੇ ਆਖਿਆ ਓ ਸਹਿਬਜ਼ਾਦਿਓ ਜੇ ਤੇ ਈਨ ਮੰਨ ਜਾਓਗੇ ਤੇ ਬਜੋਗੇ, ਨਹੀਂ ਤੇ ਜੀਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏਗਾ, ਮਾਰ ਕੇ ਤਲਵਾਰ ਤੁਹਾਡੇ ਮੈਂ ਸਿਰ ਕਲਮ ਕਰ ਦੂੰਗਾ। ਜੇ ਸਹਿਬਜ਼ਾਦਿਆਂ ਨੇ ਆਖਿਆ ਵਜੀਦ ਖਾਨ ਜੇ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਇਹੋ ਹੀ ਪਾਉਂਦਾ ਹੋਇਆ ਵੀ ਸਾਡੇ ਸਿਰ ਇਹਨਾਂ ਨੀਹਾਂ ਵਿੱਚ ਡਿੱਗਣ ਤੇ ਸਾਡਿਆਂ ਸਿਰਾਂ ਉੱਤੇ ਇਹ ਸਿੱਖ ਪੰਥ ਦਾ ਮਹਿਲ ਉਸਰੇ, ਇਹ ਫਿਰ ਹੋ ਕੇ ਰਹਿਣਾ। ਨਾ ਕਰ ਜ਼ੁਲਮ ਅਸੀਂ ਤੇਰਾ ਗਵਾਇਆ ਕੀ ਆ, ਇਹ ਜਿਹੜੀ ਜੋਤ ਗੁਰੂ ਨਾਨਕ ਨੇ ਸਾਡੇ ਅੰਦਰ ਜਗਾਈ ਹੈ ਨਾ, ਇਹਨੂੰ ਤੂੰ ਬੁਝਾ ਨਹੀਂ ਸਕਦਾ ਤੇ ਨਾ ਤੇਰੀਆਂ ਤਲਵਾਰਾਂ ਬੁਝਾ ਸਕਦੀਆਂ। ਨਾ ਕਰ ਜ਼ੁਲਮ ਪਾਪ, ਇੱਕ ਦਿਨ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਆਏਗਾ, ਤੇਰਾ ਸਾਲਾ ਮਲੀਆਂ ਮੇਟ ਕਰਕੇ ਰੱਖ ਦੇਗਾ, ਇਹ ਤੇਰੇ ਤਖ਼ਤ ਤੇਰੀਆਂ ਇਹ ਕਚਹਿਰੀਆਂ ਸਦਾ ਨਹੀਂ ਰਹਿਣੀਆਂ। ਆਂਦੇ ਕਿਸੇ ਰਾਜੇ ਦੇ ਮਹਿਲ ਦੇ ਗਾੜੀ ਦਰਬਾਰ ਸਿਪਾਹੀ ਖਲੋਤਾ ਸੀ, ਕੋਈ ਸਾਈ ਫਕੀਰ ਆਇਆ, ਉਹਨੇ ਆਖਿਆ ਮੈਂ ਸਲਾਮ ਚ ਰਾਤ ਕੱਟਣੀ ਆ। ਉਹਨੇ ਆਖਿਆ ਤੂੰ ਪਾਗਲ ਹੋ ਗਿਆ, ਇਹ ਰਾਜੇ ਦਾ ਮਹਿਲ ਤੂੰ ਇਹਨੂੰ ਸਰਾਂ ਨਾ, ਆਂਦਾ ਤੈਨੂੰ ਭੁਲੇਖਾ ਇਹ ਸਰਾਂ ਆ। ਝਗੜਾ ਸ਼ੁਰੂ ਹੋ ਗਿਆ, ਰੌਲਾ ਗੋਲਾ ਰਾਜੇ ਤੱਕ ਪਹੁੰਚ ਗਿਆ। ਰਾਜੇ ਨੇ ਇੱਕ ਅੰਦਰੋਂ ਸਿਪਾਹੀ ਘੱਲਿਆ ਵੀ ਉਹਨੂੰ ਬੁਲਾਓ, ਰੌਲਾ ਗੋਲਾ ਕਾਹਦਾ ਹੋਇਆ ਗੇਟ ਤੇ। ਉਹਨੇ ਆ ਕੇ ਦੱਸਿਆ ਜਾ ਆਪਣਾ ਇੱਕ ਪਾਗਲ ਜਿਹਾ ਬੰਦਾ, ਪਾਟੇ ਦੇ ਕੱਪੜੇ ਪਾਏ, ਪਹਿਲਾਂ ਤੋਂ ਨੰਗਾ, ਕੋਈ ਸਾਈ ਫਕੀਰ ਆ, ਜਿੱਦ ਕਰਦਾ ਵੀ ਮੈਂ ਸਰਾਂ ਦੇ ਵਿੱਚ ਰਾਤ ਕੱਟਣੀ। ਉਹਨੇ ਆਖਿਆ ਉਹਨੂੰ ਮੇਰੇ ਕੋਲ ਬੁਲਾਓ, ਕੋਲ ਬੁਲਾ ਲਿਆ। ਪੁੱਛਿਆ ਗਿਆ ਉਹ ਸਾਈ ਫਕੀਰ, ਉਹ ਤੈਨੂੰ ਦੱਸਿਆ ਨੀ ਕਿ ਇਹ ਮੇਰਾ ਮਹਿਲ ਹੈ, ਮੇਰਾ ਰਣਵਾਸ ਹੈ, ਮੈਂ ਇੱਥੇ ਰਹਿੰਦਾ, ਤੂੰ ਇਹਨੂੰ ਸਰਾਂ ਨਾ, ਤੂੰ ਕਿਉਂ ਆਉਣਾ। ਆਂਦਾ ਮੈਂ 60-70 ਵਰੇ ਇੱਥੇ ਪਹਿਲੋਂ ਆਇਆ ਸੀ, ਜਿੱਥੇ ਤੂੰ ਬੈਠਾ ਨਾ ਇੱਥੇ ਤੂੰ ਨਹੀਂ ਸੀ ਬੰਦਾ, ਤੂੰ ਹੋਰ ਬੈਠਾ ਸੀ। ਆਂਦਾ ਤੂੰ ਠੀਕ ਆ ਨਾ, ਉਹ ਮੇਰਾ ਬਾਬਾ ਸੀ। ਆਂਦਾ ਮੈਂ 10 ਵਰੇ ਬਾਅਦ ਚਾਹੇ ਤੇਰਾ ਬਾਬਾ ਨਹੀਂ ਸੀ ਹੈਗਾ, ਬੰਦਾ ਤੂੰ ਬਦਲ ਕੇ ਬੈਠਾ ਸੀ। ਉਹਨੇ ਆਖਿਆ ਤੂੰ ਦਰੁਸਤ ਆ ਨਾ, ਉਹ ਮੇਰਾ ਬਾਪ ਸੀ। ਆਂਦਾ ਮੈਂ ਹੁਣ ਆ ਤੇ ਤੇਰਾ ਬਾਪ ਨਹੀਂ ਹੈਗਾ, ਤੇ ਜਦੋਂ ਤੂੰ ਨਹੀਂ ਹੋਏਗਾ। ਉਹਨੇ ਆਖਿਆ ਉਦੋਂ ਮੇਰਾ ਪੁੱਤਰ ਹੋਏਗਾ। ਉਹਨੇ ਆਖਿਆ ਉਹ ਪਾਗਲ ਰਾਜਾ, ਪਾਗਲ ਤੂੰ ਮੈਨੂੰ ਆ ਨਾ, ਅਕਲ ਤੈਨੂੰ ਨਹੀਂ, ਤੇਰਾ ਬਾਬਾ ਆਇਆ ਤੁਰ ਗਿਆ, ਬਾਪ ਆਇਆ ਚਲੇ ਗਿਆ, ਤੂੰ ਆਇਆ ਤੇ ਚਲੇ ਜਾਣਾ, ਤੇ ਜਿੱਥੇ ਕੋਈ ਨਿੱਤ ਆਵੇ ਨਿੱਤ ਜਾਵੇ ਉਹਨੂੰ ਉਹ ਘਰ ਹੁੰਦਾ ਕਿ ਸਰਾਂ ਹੁੰਦੀ ਓਏ। ਤਖ਼ਤ ਛੱਡ ਕੇ ਥੱਲੇ ਆ ਗਿਆ। ਉਹਨੇ ਆਖਿਆ ਮੈਂ ਸੰਤ ਫਕੀਰ ਤੇਰਾ ਰਿਣੀ ਆ, ਤੂੰ ਮੈਨੂੰ ਅਕਲ ਦੇ ਦਿਓ,
अकली बंदे नू सारा कोई गवा के आउंदी है। जे पता होवे संसार नू छड़ जाना सिंगो जे परलोक से ला कर लोगे ते लोग अपने हो जाने, जिन्हों पता भी मैं इत्थे छड़ जाना, मेरे कोल नहीं जाना, मैं इत्थों तुर जाना, वो किसी की चीज क्यों चोरी करेगा, क्यों किसी ना ठगी कमाएगा। गुरु कृपा करे सब जादे जदों कोई सारे हरबे उन्हें वर्त के वेख ले, कोई उन्होंने ईन मना ना सकी, कोई लालच डाला ना सकिया, सब जादियां नू फिर नियां विच चिन्ह दा फैसला किया गया। ए सरकार नू पुरानी आज सी, तुसी आखोगे भी पहला भी किसे नू नहीं विच चिन्हिया सी। ओ मां पुरछो जेदी पानी तन गुरु ग्रंथ साहिब विच दर्ज है, सदना सिंगो सरांदे रहण वाला सी, जिन्हू नींद विच चिन्ह के शहीद किया सी, शासन देख ते बाशन देख समाणे ते रहण वाले जलाल सी। कोई इन्हां बच्चियां नू मारन वास्ते तैयार नहीं हुंदा, ਉਹਨਾਂ ਦਾ ਕਚਹਿਰੀ ਚ ਮੁਕਦਮਾ ਚੱਲਦਾ ਸੀ। ਉਹਨੇ ਆਖਿਆ ਜੇ ਸਾਨੂੰ ਸਰਕਾਰ ਰਿਹਾ ਕਰਦੇ ਨਾ ਇਹ ਕੰਮ ਅਸੀਂ ਕਰਾਂਗੇ। ਬੰਦਾ ਆਪਣੀ ਜ਼ਿੰਦਗੀ ਬਚਾਉਣ ਵਾਸਤੇ ਕਿੱਡੇ ਕਿੱਡੇ ਪਾਪ ਕਰਨ ਤੇ ਤੁਰ ਜਾਂਦਾ। ਸਾਹਿਬਜ਼ਾਦਿਆਂ ਨੂੰ ਪਈਆਂ ਨੀਹਾਂ ਵਿੱਚ ਚਿਣਿਆ ਗਿਆ, ਗਲ ਤੱਕ ਨੀਂ ਗਈ ਤੇ ਗੜਗੜਾਹਟ ਕਰਕੇ ਨੀਂ ਡਿੱਗ ਪਈ ਆ। ਸਾਹਿਬਜ਼ਾਦਿਆਂ ਨੂੰ ਫਿਰ ਹੋਸ਼ ਵਿੱਚ ਲਿਆ ਕੇ ਉਹਨਾਂ ਜਲਾਦਾਂ ਨੇ ਛਾਤੀਆਂ ਉੱਤੇ ਗੋਡੇ ਰੱਖ ਕੇ ਉਹਨਾਂ ਬੱਚਿਆਂ ਨੂੰ ਛੁਰੀਆਂ ਦੇ ਨਾਲ ਸ਼ਹੀਦ ਕੀਤਾ। ਗੁਰੂ ਕੇ ਸਿੱਖੋ ਆਓ ਲੈਣਾ ਤੁਹਾਡੇ ਸਾਹਮਣੇ ਆਖਰੀ ਬਿਆਨ ਕਰ ਰਿਹਾ। ਚਿਣਤੇ ਵਿੱਚ ਨੀਹਾਂ ਦੇ ਪੋਤੇ ਮਾਂ ਗੁਜਰੀ ਦੇ ਛੋਟੇ ਜ਼ਾਲਮ ਬੇਦਰਦਾਂ ਨੇ ਗੁਜਰੀ ਦੇ ਛੋਟੇ ਸੂਰਜ
एक सर्दी गैरा दी थरिया थरिया गारा सर्दी नाल सुन हो गया सर्दी नाल सुन हो गया सो गया खून जिस्म चो शहीद करे ना बलदेव धर्म तो